ਲਓ ਜੀ ਸਾਡੀ ਛੱਲੇ ਮੁੰਡਿਆਂ ਦਾ ਸ਼ੂਟ ਸ਼ੁਰੂ ਹੋਇਆ ਤੇ ਇਹ ਮੈਨੂੰ ਕਹਿ ਰਹੇ ਨੇ ਕਿ ਬਿਊਟੀ ਪਲੱਸ 'ਚ ਕਿਉਂ ਫੋਟੋ ਕਰਦੀ ਹੈ? ਮੇਰੇ ਗੋਰੇ ਚਿੱਟੇ ਬੰਦੇ ਹੁੰਦੇ ਨੇ, ਉਹਨਾਂ ਨੂੰ ਕੀ ਲੋੜ ਪੈਂਦੀ ਜਿਵੇਂ ਮੈਂ ਕਦੇ ਬਿਊਟੀ ਪਲੱਸ ਨਹੀਂ ਯੂਜ਼ ਕੀਤਾ। ਹੋ 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 ਤੁਹਾਨੂੰ ਵੀ ਲੋੜ ਹੈ ਨਹੀਂ ਪੈਂਦੀ। ਪੰਜਾਬੀ ਗਾਇਕ ਅਤੇ ਐਕਟਰ ਕੁਲਵਿੰਦਰ ਬਿੱਲਾ, ਜਿਸ ਦੀ ਹਾਲ ਹੀ 'ਚ ਰਿਲੀਜ਼ ਹੋਈ ਸੀਗੀ ਫਿਲਮ ਪਰੌਣਾ, ਜਿਸ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ, ਔਰ ਹੁਣ ਛੱਲੇ ਮੁੰਦੀਆਂ ਲੈ ਕੇ ਆ ਰਹੇ ਨੇ ਕੁਲਵਿੰਦਰ ਬਿੱਲਾ ਅਤੇ ਨਿਸ਼ਾ ਬਾਨੋ ਵੀ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਉਣਗੇ। ਫਿਲਮ ਦੇ ਸੈੱਟ ਤੋਂ ਇੱਕ ਵਾਇਰਲ ਹੋ ਰਹੀ ਹੈ ਵੀਡੀਓ, ਜਿਸ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਬਿਊਟੀ ਪਲੱਸ ਨਾਮ ਦੀ ਐਪ ਯੂਜ਼ ਕਰਦੇ ਨੇ ਨਿਸ਼ਾ ਬਾਨੋ, ਅਤੇ ਨਾਲ ਦੇ ਨਾਲ ਕੁਲਵਿੰਦਰ ਬਿੱਲਾ ਆਖਦੇ ਨੇ ਕਿ ਸਾਨੂੰ ਨਹੀਂ ਲੋੜ ਪੈਂਦੀ ਅਜਿਹੀਆਂ ਐਪਸ ਦੀ ਕਿਉਂਕਿ ਅਸੀਂ ਗੋਰੇ ਚਿੱਟੇ ਹਾਂ। ਸੋ ਤੁਸੀਂ ਵੀ ਦੇਖੋ ਉਹ ਫਨੀ ਵੀਡੀਓ। ਲਓ ਜੀ ਸਾਡੀ ਛੱਲੇ ਮੁੰਡਿਆਂ ਦਾ ਸ਼ੂਟ ਸ਼ੁਰੂ ਹੋਇਆ ਤੇ ਇਹ ਮੈਨੂੰ ਕਹਿ ਰਹੇ ਨੇ ਕਿ ਬਿਊਟੀ ਪਲੱਸ 'ਚ ਕਿਉਂ ਫੋਟੋ ਕਰਦੀ ਹੈ? ਮੇਰੇ ਗੋਰੇ ਚਿੱਟੇ ਬੰਦੇ ਹੁੰਦੇ ਨੇ, ਉਹਨਾਂ ਨੂੰ ਕੀ ਲੋੜ ਪੈਂਦੀ ਜਿਵੇਂ ਮੈਂ ਕਦੇ ਬਿਊਟੀ ਪਲੱਸ ਨਹੀਂ ਯੂਜ਼ ਕੀਤਾ। ਹੋ 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 ਤੁਹਾਨੂੰ ਵੀ ਲੋੜ ਹੈ ਨਹੀਂ ਪੈਂਦੀ, ਤੁਹਾਨੂੰ ਕਰਨੀ ਨਹੀਂ ਆਉਂਦਾ, ਤੁਸੀਂ ਤਾਂ ਨਹੀਂ ਕੀਤਾ ਹੋਣਾ। ਨਹੀਂ ਨਹੀਂ ਲੋੜ ਹੀ ਨਹੀਂ ਹੈਗੀ, ਆਪਾਂ ਨੂੰ ਐਸੀ ਬਹੁਤ ਆਪਾਂ ਬਹੁਤ ਸੁੰਦਰ ਬਹੁਤ ਅਤਿ ਸੁੰਦਰ। ਪਤਾ ਕੀ ਚੱਕਰ ਹੁੰਦਾ, ਕੁੜੀਆਂ ਦੀ ਨਾ ਆਦਤ ਹੀ ਹੁੰਦੀ ਹੈ, ਆਦਤ ਹੁੰਦਾ ਬਿਊਟੀ ਪਲੱਸ ਨਾ ਜੋ ਮਰਜ਼ੀ ਕਿੰਨੀ ਸੋਹਣੀ ਕੁੜੀ ਹੋਵੇ ਤੇ ਕਹਿੰਦੇ ਕਿਲੋ ਮੇਕਅਪ ਨਾ ਲਾਵੇ ਸਵਾਦ ਹੀ ਨਹੀਂ ਆਉਂਦਾ। ਹੁਣ ਤੁਸੀਂ ਐ ਦੇਖੋ, ਹੁਣ ਆਪਾਂ ਦੋਨੇ ਕਿੰਨੇ ਸੋਹਣੇ ਲੱਗੀ ਜਾਂਦੇ ਆ, ਇਹ ਫਿਲਟਰ ਕਰਕੇ ਹੀ ਆ ਹੁਣ? ਫਿਲਹਾਲ ਛੱਲੇ ਮੁੰਦੀਆਂ ਦਾ ਸ਼ੂਟ ਤਾਂ ਸ਼ੁਰੂ ਹੋ ਚੁੱਕਾ ਹੈ, ਫਿਲਮ ਰਿਲੀਜ਼ ਕਦ ਹੋਏਗੀ, ਇਸਦਾ ਅਫੀਸ਼ੀਅਲ ਫਸਟ ਲੁੱਕ ਕਦ ਆਏਗਾ, ਇਸ ਦੀ ਕੋਈ ਵੀ ਜਾਣਕਾਰੀ ਨਹੀਂ ਸ਼ੇਅਰ ਕੀਤੀ ਗਈ। ਤੁਹਾਨੂੰ ਛੱਲੇ ਮੁੰਦੀਆਂ ਦਾ ਕਿੰਨਾ ਕੁ ਇੰਤਜ਼ਾਰ ਹੈ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ।